ਜਿਵੇਂ ਕਬੱਡੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਅਗਰ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਜ ਅਸੀਂ ਲੈ ਕੇ ਆਏ ਪਿੰਡ ਭਾਨਾ ਦੇ ਕਬੱਡੀ ਕੱਪ ਦਾ ਰਿਜ਼ਲਟ। ਇੱਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਬੱਡੀ ਕੱਪ ਕਰਾਇਆ ਗਿਆ ਜਿਹਦਾ ਫਾਈਨਲ ਨਤੀਜਾ ਤੁਹਾਡੇ ਸਾਹਮਣੇ ਆ। ਫਸਟ ਟੀਮ ਰਹੀ ਦੁਆਬਾ ਵਾਰੀਅਰਸ ਸੁਰਖਪੁਰ, ਜਿਸ ਨੂੰ 51,000 ਰੁਪਇਆ ਪ੍ਰਾਈਜ਼ ਦਿੱਤਾ ਗਿਆ, ਅਤੇ ਸੈਕੰਡ ਟੀਮ ਰਹੀ ਝਿੰਗੜਾ ਕਲਾਂ, ਜਿਸ ਨੂੰ 41,000 ਰੁਪਇਆ ਪ੍ਰਾਈਜ਼ ਦਿੱਤਾ ਗਿਆ। ਹੁਣ ਗੱਲ ਕਰਦੇ ਹਾਂ ਅਸੀਂ ਬੈਸਟ ਰੇਡਰ ਅਤੇ ਬੈਸਟ ਜਾਫੀ ਦੀ। ਦੋਸਤੋ, ਇਸ ਟੂਰਨਾਮੈਂਟ ਦਾ ਬੈਸਟ ਰੇਡਰ ਰਿਹਾ ਜੱਸਾ ਭਾਨਾ ਲਾਂਗਾ, ਅਤੇ ਬੈਸਟ ਜਾਫੀ ਰਿਹਾ ਜੋਤਾ ਮਹਿਮਦਵਾਲ। ਅਤੇ ਹੁਣ ਬੈਸਟ ਸਟੋਪਰ ਰਿਹਾ, ਦੋਵੇਂ ਭਾਈਆਂ ਦੀ ਜੋੜਿਆ ਇਸ ਸੀਜ਼ਨ ਵਿੱਚ ਬਾ ਕਮਾਲ ਦੀ ਪ੍ਰਦਰਸ਼ਨ ਕਰ ਰਿਹਾ, ਜ਼ਿਆਦਾ ਅਤੇ ਜੋਧਾ। ਅਤੇ ਉਸ ਤੋਂ ਬਾਅਦ ਹੁਣ ਸੁਰਖਪੁਰ ਟੀਮ ਦੇ ਵਿੱਚ ਪਲੇਅਰ ਖੇਡਦੇ ਸੀ ਜ਼ਿਆਦਾ ਸੁਰਖਪੁਰ, ਜੋਧਾ ਸੁਰਖਪੁਰ, ਜੱਸਾ ਭਾਨਾ, ਬਿੱਲੀ ਲੱਲੀਆਂ, ਅੰਬਾਸੁਰ ਸਿੰਘ ਵਾਲਾ, ਬੁਲਟ ਖੀਰਾਂ ਵਾਲੇ, ਸਾਜੀ ਸਾਕਰਪੁਰ, ਗਿੰਨੀ ਮਹਿਮਦਵਾਲ, ਲਵਲੀ ਮਹਿਮਦਵਾਲ, ਸੱਤੂ। ਜਦਕਿ ਝਿੰਗੜਾਂ ਟੀਮ ਦੇ ਵਿੱਚ ਪਲੇਅਰ ਖੇਡਦੇ ਸੋਹਣ ਰੁੜਕੀ, ਸੋਟਾ ਸੋਹਨ, ਭੁੰਡੀ ਮਲਪੁਰ, ਬਿੱਲਾ ਢੋਡੇ, ਨਭੂ ਆਜ਼ਲਾ, ਪਵਾਈ ਸਸੋਤਾ, ਘੁੱਗੀ ਸਾਹਪੁਰ, ਸੁੱਖਾ ਜੋੜੇ ਸਿੰਘਾਂ, ਛੋਟਾ ਗੱਲਾ, ਹਰਦੀਪ ਕਾਰੀ ਸਾਰੀ, ਅੰਮ੍ਰਿਤ ਕਾਰੀ ਸਾਰੀ, ਬਿੱਟੂਪੁਰ ਹੀਰਾ। ਦੋਸਤੋ, ਸਾਡੀ ਦਿੱਤੀ ਗਈ ਜਾਣਕਾਰੀ ਅਗਰ ਤੁਹਾਨੂੰ ਚੰਗੀ ਲੱਗਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਣਾ।